ਹੁਣ ਨਵੀਂ ਤੇਰਾ ਦੀ ਟੀਚਰ ਆ ਗਈ ਆ ਕਿੱਦਾਂ ਲਾਪੇ ਪੈਸੇ ਆਉਣ ਮੈਂ ਉਹਨਾਂ ਨੂੰ ਇਹ ਗੱਲ ਦੱਸਣਾ ਚਾਹੁੰਦਾ ਜਿੱਦੋ ਕਿਤੇ ਸਾਨੂੰ ਪੈਸੇ ਆ ਗਏ ਨਾ ਤੇ ਤੁਹਾਨੂੰ ਤਾਂ ਮੈਂ ਚਾਹ ਪਕੌੜਿਆਂ ਦਾ ਲੰਗਰ ਲਾ ਕੇ ਦਊਂਗਾ ਸਾਰਿਆਂ ਤੋਂ ਪਹਿਲਾਂ ਮਿਸਿਸ ਸਟਾਈਲਿਸ਼ ਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਵੀ ਮੈਨੂੰ ਕੱਲੀ ਨੂੰ ਨਹੀਂ ਜ਼ਿਆਦਾਤਰ ਉਹਦਾ ਵਧੀਆ ਕਮੈਂਟ ਆਉਂਦੇ ਕਿਤੇ ਆ ਵੀ ਕੋਈ ਕੁਝ ਕਹਿ ਦੇਵੇ ਕਿਸੇ ਕਿਸੇ ਤੇ ਖਾਜ ਹੋ ਜਾਂਦੀ ਕਦੀ ਕਦਾਂ ਹੀ ਉਦਾਂ ਦਾ ਸਾਰੇ हाँ जी सत श्री अकाल जी वेलकम बैक टू अवर चैनल मिस टाइम मिसेस स्टाइलिश सारे तो पहला मिसेस स्टाइलिश नू बहुत बहुत मुबारक तुहानू सारिआं नू वी मैनूं कल्ली नू नहीं के ਇਹ ਵੀ ਦੱਸਦੇ ਕਾਰੀਆ ਮੁਬਾਰਕਾਂ ਆਪਣੇ 11K ਕੰਪਲੀਟ ਹੋ ਚੁੱਕੇ ਆ 11K ਕੰਪਲੀਟ ਹੋ ਚੁੱਕੇ ਅਸੀਂ ਕਿਹਾ ਵੀ ਅਸੀਂ ਆਪ ਇੱਕ ਦੂਜੇ ਨੂੰ ਵਧਾਈਆਂ ਦੇ ਲਈਏ ਕਈ ਲੋਕਾਂ ਦਾ ਮੂੰਹ ਮਾ ਟੁੱਟੇ ਪਏ ਆ ਤੇ ਬੈਸਟ ਵਿਸ਼ੇਸ ਆਈਆਂ ਕਈਆਂ ਦੀਆਂ ਤੇ ਕਈਆਂ ਦੀਆਂ ਨਹੀਂ ਵੀ ਆਈਆਂ ਕੋਈ ਨਹੀਂ ਪਰ ਅਸੀਂ ਕਿਹੜਾ ਕਿਸੇ ਤੇ ਡਿਪੈਂਡਡ ਆ ਹਨਾ ਵੀ ਕੋਈ ਸਾਨੂੰ ਆਵੇ ਕਹੂਗਾ ਤਾਂ ਫੇ ਹੀ ਅਸੀਂ ਉਦਾਂ ਹੀ ਬੜੇ ਖੁਸ਼ ਆ ਹਾਂਜੀ ਤੇ ਹੋਏ ਤਾਂ ਕਿੰਨੇ ਦਿਨ ਹੋ ਗਏ ਉਦਾਂ ਹੋਏ ਤਾਂ ਪਰ ਸਾਡੇ ਤੋਂ ਟਾਈਮ ਨਹੀਂ ਲੱਗਾ ਵਲੌਗ ਵਗੈਰਾ ਬਣਾਉਣ ਦਾ ਸਾਡੀ ਸਾਡੀ ਦੱਸ ਨਾ ਅਸੀਂ ਦੇਖੀ ਅੱਜ ਅੱਗੇ ਅੱਗੇ ਜਾਈ ਜਾਂਦੇ ਸੀ ਅੱਜ ਕਿਤੇ ਸਾਡੀ ਨਿਗਾਹ ਪੈ ਗਈ ਮੈਂ ਕਿਹਾ ਯਾਰ 11000 ਹੋ ਗਿਆ ਆ ਤੇ ਤਾਂ ਕਰਕੇ ਫਿਰ ਮੈਂ ਕਿਹਾ ਚਲੋ ਅੱਜ ਦਾ ਵਲੌਗ ਬਣਾਉਣਾ ਬਣਦਾ ਆ ਤੇ ਜਦੋਂ ਮੈਨੂੰ ਪਤਾ ਲੱਗਾ ਵੀ ਯਾਰ ਤੁਹਾਡੀ ਵੀ ਇਹ ਤਾਂ ਸੱਚੀ ਗੱਲ ਆ 11000 ਹੋ ਗਿਆ ਮੈਂ ਕਿਹਾ ਚੱਕੋ ਫੋਨ ਤੇ ਚਲੀਏ ਉੱਤੇ ਗਰਮੀ ਇੰਨੀ ਅਸੀਂ ਫੇਰ ਵੀ ਉੱਪਰ ਆਏ ਹੋਏ ਆ ਸਪੈਸ਼ਲ ਗਰਮੀ ਇੰਨੀ ਆ ਫੇਰ ਵੀ ਅਸੀਂ ਉੱਪਰ ਆਏ ਹੋਏ ਆ ਦੇਖ ਲਓ ਥੱਲੇ ਵੀ ਬਣਾ ਸਕਦੇ ਸੀ ਪਰ ਥੱਲੇ ਨੇ ਕਲੈਰਿਟੀ ਨਹੀਂ ਆਉਂਦੀ ਫਿਰ ਅਸੀਂ ਕਿਹਾ ਚਲ ਉੱਪਰ ਜਾ ਕੇ ਬਣਾਉਂਦੇ ਹਾਂ ਕਲੈਰਿਟੀ ਚਾਹੀਦੀ ਇਹਨਾਂ ਨੂੰ ਪਿੱਛੇ ਦਾ ਡੇਨਾ ਵੱਡਾ ਸ਼ਾਈਨ ਕਰਦਾ ਮੁੰਡਾ ਖੜਾ ਸੋਹਣਾ ਸੁਨੱਖਾ ਤੇ ਕਲੈਰਿਟੀ ਕਲੈਰਿਟੀ ਤਾਂ ਆਪੇ ਆ ਜਾਂਦੀ ਮੱਲੋ ਮੱਲੀ ਤੇ ਆਹ ਦੇਖ ਲਾ ਮੈਂ ਤੈਨੂੰ ਕਿਹਾ ਸੀਗਾ ਨਾ ਮੈਂ ਕਿਹਾ ਇੱਥੇ ਵਿਊ ਵਧੀਆ ਆਉਂਦਾ ਪਿਆ ਟੈਂਕੀ ਦੇ ਕੋਲ ਇੱਧਰ ਅਸੀਂ ਆ ਅਸੀਂ ਇੱਕ ਵਲੌਗ ਬਣਾਇਆ ਸੀ ਮੀਂਹ ਵਾਲਾ ਉਹ ਬਹੁਤ ਸੋਹਣਾ ਬਣਿਆ ਸੀ ਉਸਕੇ ਉੱਪਰ ਜਾ ਕੇ ਬਣਾਉਨੇ ਆ ਉਹਦੇ ਪਿੱਛੇ ਬੈਕਗ੍ਰਾਉਂਡ ਵਗੈਰਾ ਬਹੁਤ ਸੋਹਣਾ ਹੋਣਾ ਇੱਥੇ ਬੈਕਗ੍ਰਾਉਂਡ ਵਗੈਰਾ ਦਾ ਤੁਹਾਨੂੰ ਪਤਾ ਹੀ ਆ ਦੇਖੋ ਕਿੰਨੀ ਸੋਹਣੀ ਹੋਣ ਦੀ ਬੈਕਗ੍ਰਾਉਂਡ ਅਰੇ ਹੋ ਆ ਮੈਂ ਤੋਂ ਬਿਨਾ ਚਲਾ ਦੂੰਗੀ ਬਲੌਗ ਦੇਖੋ ਪਰੇ ਹੋਵੋ 11000 ਰੁਪਏ ਬਾਅਦ ਚ ਹੋਏ ਤਾਂ ਪਰੇ ਹੋਵੋ ਪਹਿਲਾਂ ਤੇ ਇੱਕ ਦਿਨ ਤੁਸੀਂ ਸਾਰੇ ਸਪੋਰਟ ਕਰਦੇ ਰਹੋ ਠੀਕ ਆ ਤੇ ਤੁਹਾਨੂੰ ਐਂਟਰਟੇਨ ਕਰਨਾ ਸਾਡਾ ਫਰਜ਼ ਆ ਤੇ ਵਧੀਆ ਤੋਂ ਵਧੀਆ ਬਲੌਗ ਆਉਣਗੇ ਬਸ ਥੋੜਾ ਟਾਈਮ ਮਤਲਬ ਲਾ ਲਓ ਤੁਸੀਂ ਥੋੜਾ ਟਾਈਮ ਆ ਫਿਰ ਅਸੀਂ ਹਨਾ ਉਹ ਹੋ ਜਾਣਾ ਡੇਲੀ ਪਾਇਆ ਫਿਰ ਅਸੀਂ ਰੈਗੂਲਰ ਪਾਉਣੇ ਸ਼ੁਰੂ ਕਰ ਦੇਣੇ ਥੋੜੇ ਮਤਲਬ ਥੋੜੇ 4-5 ਕਹਿ ਲਓ ਸੱਪ ਜੇ ਆ ਪੈਰਾਂ 'ਚ ਤੇ ਉਹਨਾਂ ਨੂੰ ਸਾਈਡ ਸੂਟ ਤੇ ਕਰ ਦਈਏ ਪਤਾ ਹੀ ਆ ਤੁਹਾਨੂੰ ਰੋੜੇ ਤੇ ਬਸ ਫਿਰ ਰੈਗੂਲਰ ਹੋ ਜਾਵਾਂਗੇ ਤੇ ਅੱਜ ਲਈ ਕੋਈ 네ਗੇਟਿਵ ਗੱਲਾਂ ਨਹੀਂ ਬਸ ਆਪਣਾ ਇੰਜੋਏ ਕਰਨਾ ਹਾਂ ਅਸੀਂ ਦੇਖਿਆ ਅਸੀਂ ਜਦੋਂ ਸਟਾਰਟਿੰਗ ਕੀਤੀ ਸੀ ਅਸੀਂ ਆਪ ਵੀ ਵਲੌਗ ਬਣਾ ਦਿੰਦੇ ਸੀ ਦੋਨੇ ਜਾਣੇ ਉਹ ਵੀ ਗੱਲਾਂ ਬਾਤਾਂ ਦੇ ਲੋਕੀ ਬਹੁਤ ਪਸੰਦ ਕਰਦੇ ਸੀ ਹੁਣ ਤਾਂ ਇਹਨੇ ਨਾਲ ਮੋਦੀ ਲਾ ਲਿਆ ਆ ਮੇਰੇ ਕਹਿਣ ਦਾ ਮਤਲਬ ਫਿਰ ਅਸੀਂ ਆਉਣ ਜਾਣ ਵਾਲੇ ਬਣਾਉਣ ਲੱਗ ਗਏ ਕਿਤੇ ਗਏ ਉਹ ਫਿਰ ਅਸੀਂ ਹੁਣ ਕਿਤੇ ਆ ਜਾ ਤਾਂ ਹੁੰਦਾ ਨਹੀਂ ਗਰਮੀ ਇੰਨੀ ਆ ਹਾਂਜੀ ਅਸੀਂ ਸੋਚਿਆ ਵੀ ਤੁਹਾਨੂੰ ਪਤਾ ਸੀ ਗਰਮੀ ਇੰਨੀ ਆ ਗੁਰਲੀਆ ਮੈਡਮ ਨੂੰ ਪਤਾ ਸੀ ਗਰਮੀ ਇੰਨੀ ਆ ਤੇ ਚੱਲ ਆ ਜਾ ਤੂੰ ਵੀ ਵਿੱਚ ਆਹੋ ਫਿਰ ਹੁਣ ਅਸੀਂ ਸੋਚਿਆ ਸੀ ਫਿਰ ਉਹਦੇ ਬਣਾਈਆਂ ਦੋਨੇ ਜਾਣੇ ਗੱਲਾਂ ਬਾਤਾਂ ਵਾਲੀ ਹਾਂਜੀ ਗਰਮੀ ਬਹੁਤ ਆ ਨਾ ਨਹੀਂ ਤਾਂ ਮੀਂਹ ਮੂੰਹ ਪਵਾ ਦੋ ਯਾਰ ਉਦਾਂ ਪਹਿਲਾਂ ਪਹਿਲਾਂ ਜਦੋਂ ਆਪਣੇ ਸਬਸਕ੍ਰਾਈਬਰ ਘੱਟ ਸੀਗੇ ਨਾ ਜਿੱਦਾਂ ਜਦੋਂ ਸੀਗਾ 500-600 ਤੇ ਉਦੋਂ ਲੋਕਾਂ ਨੇ ਜਿੱਦਾਂ ਟੀਚਰ ਕਰਨ ਲਈ ਕਹਿਣਾ ਵੀ ਹਾਂ ਬਈ ਕਿੰਨੇ ਕੁ ਹੋ ਗਏ ਸਬਸਕ੍ਰਾਈਬਰ ਕਿੱਦਾਂ ਆ ਤੇ ਹੁਣ ਨਵੀਂ ਤੇਰਾ ਦੀ ਟੀਚਰ ਆ ਗਈ ਆ ਕਿੱਦਾਂ ਲਾਪੇ ਪੈਸੇ ਆਉਣ ਕੇ ਤੇ ਹਨਾ ਕੋਈ ਨਹੀਂ ਮੈਂ ਉਹਨਾਂ ਨੂੰ ਇਹ ਗੱਲ ਦੱਸਣਾ ਚਾਹੁੰਦਾ ਜਿੱਦੋ ਕਿਤੇ ਸਾਨੂੰ ਪੈਸੇ ਆ ਗਏ ਨਾ ਤੇ ਤੁਹਾਨੂੰ ਤਾਂ ਮੈਂ ਚਾਹ ਪਕੌੜਿਆਂ ਦਾ ਲੰਗਰ ਲਾ ਕੇ ਦਊਂਗਾ ਠੀਕ ਆ ਇਕੱਠੇ ਹੋ ਕੇ ਸਾਰੇ ਜਣੇ ਆ ਜਾਓ ਆ ਮੈਂ ਫੋਨ ਕਰੂੰਗਾ ਵੀ ਪੈਸੇ ਆ ਗਏ ਆ ਤੇ ਕੱਲ ਨੂੰ ਆਪਣਾ ਚਾਹ ਪਕੌੜਿਆਂ ਦਾ ਲੰਗਰ ਆ ਹੁਣ ਜਿੱਦਾਂ ਦੇਖਦੇ ਤਾਂ ਸਾਰੇ ਆ ਇੰਨੇ ਹੋ ਗਏ ਹੁਣ ਬਸ ਇਹ ਗੱਲ ਹੋਇਆ ਹਾਂ ਬਸ ਮੂੰਹ ਸੀਲ ਹੋ ਜਾਂਦਾ ਬੋਲਣ ਵੇਲੇ ਗੱਲ ਪਰ ਕਰਨੀ ਆ ਕਿਸੇ ਹੋਰ ਤਰ੍ਹਾਂ ਕਰ ਦੋ ਹਾਂ ਕੋਈ ਨਹੀਂ ਕਰੀ ਜਾਓ ਟਿਕਰਾ ਮੇਰਾ ਤਾਂ ਇਹ ਆ ਨਾ ਜਿੰਨਾ ਕੋਈ ਡੀਮੋਟੀਵੇਟ ਕਰਨ ਦੀ ਟਰਾਈ ਕਰਦਾ ਉਨਾ ਹੀ ਮੈਂ ਮੋਟੀਵੇਟ ਹੁੰਦਾ ਆ ਅੱਜ ਵੀ ਮੈਨੂੰ ਕਿਸੇ ਨੇ ਡੀਮੋਟੀਵੇਟ ਕੀਤਾ ਸਵੇਰੇ ਤਾਂ ਹੁਣ ਮੈਂ ਉਸ ਚੱਕਰ 'ਚ ਮੋਟੀਵੇਟ ਹੋ ਕੇ ਹੁਣ ਵਲੌਗ ਬਣਾਉਣ ਲੱਗਾ ਨਹੀਂ ਤਾਂ ਮੈਂ ਆਰਾਮ ਨਾਲ ਲੰਮਾ ਪਿਆ ਰਹਿਣਾ ਸੀਗਾ ਇਸ ਕਰਕੇ ਡੀਮੋਟੀਵੇਟ ਕਰਨ ਵਾਲੇ ਵੀ ਤੁਹਾਨੂੰ ਜ਼ਰੂਰੀ ਆ ਲਾਈਫ ਦੇ ਵਿੱਚ ਠੀਕ ਆ ਹੁਣ ਜਿੱਦਾਂ ਮੋਟੀਵੇਟ ਹੀ ਹੁੰਦਾ ਹੁਣ ਤਾਂ ਹੁਣ ਜਿੱਦਾਂ ਮੈਂ ਡੀਮੋਟੀਵੇਟ ਦੇ ਨਾਲ ਰਹਿਣਾ ਵੀ ਆ ਫੇਰ ਵੀ ਜਿੱਦਾਂ ਮੈਂ ਮੋਟੀਵੇਟ ਦੇ ਨਾਲ ਰਹਿਣਾ ਆ ਤਾਂ ਫਿਰ ਮੋਟੀਵੇਟ ਹੀ ਰਹਿਣਾ ਮੈਂ ਹਮੇਸ਼ਾ ਹੁਣ ਸਹੀ ਆ ਮੈਂ ਆਪਣੀ ਤਾਰੀਫ ਤਾਂ ਜਿੰਨੀ ਮਰਜ਼ੀ ਕਰਾ ਲਓ ਤੇ ਪਰ ਜੋ ਵੀ ਆ ਤੁਸੀਂ ਇਹ ਨਾ ਸਮਝੋ ਵੀ ਹੈ ਨਾ ਗੁਰਲੀਨ ਦੀ ਘੱਟ ਮਿਹਨਤ ਆ ਜੇ ਤੁਸੀਂ ਇੱਦਾਂ ਸਮਝ ਰਹੇ ਹੋ ਤਾਂ ਇੱਦਾਂ ਹੀ ਸਮਝੋ
चलो हम खड़े ही रहना थक गए घूमते घूमते बनाने ब्लॉग कई लोग मैं उन्होंने भी बहुत हैरानगी होंगी जेडे इन्ना प्यार करते है ना कमेंटा दे विच इन्ना प्यार करते भी वाओ दीदी सो क्यूट वाओ स्वीट जीजू है ना ते मतलब ब्लैसिंग ही होंदियां यार सारे दियां ब्लैसिंग नाल होनियां चाहीदियां ठीक है तुहाडे सारे दे करके ही आ हजे तक आप नहीं पता गुरलीन कौर जी होर तुहाडे प्रोजेक्ट आ रहे हैं होर तुहाडे केड़े-केड़े प्रोजेक्ट आ रहे हैं चल मेन पुछ ला मैं दस मैं लेना ही फीलिंग फिर ਇਹ ਤਾਂ ਲੈਂਦੇ ਹਾਂ ਇਹ ਗੱਲ ਪੱਕੀ ਆ ਮੈਨੂੰ ਕਿਤੇ ਅਸੀਂ ਬਾਹਰ ਵੀ ਜਾਈਏ ਨਾ ਤੇ ਵਲੌਗ ਬਣਾਈਏ ਮੈਨੂੰ ਇੰਨਾ ਨਹੀਂ ਮਤਲਬ ਹੁੰਦਾ ਤੇ ਬਣਾਈਏ ਪਰ ਇੰਨਾ ਨਹੀਂ ਇਹ ਮੈਨੂੰ ਥੋੜਾ ਜਿਹਾ ਸੰਗ ਆ ਜਾਂਦੀ ਜਿਆਦਾ ਲੋਕਾਂ ਵਿੱਚ ਇਹ ਨਹੀਂ अपना फोकस करो बस बाकी साड़ी टैंकी बारे की ख्याल दस दियो वधिया व्यू आ रहा ना टैंकी मोहरे इन्ना तो आले दुआले नहीं आ रहा जिन्ना इत्थे आ रहा है ਧੁੱਪ ਸੀਗੀ ਅਸੀਂ ਇਹਦੇ ਕਰਕੇ ਨਾ ਧੁੱਪ ਤੋਂ ਉਧਰਲੀ ਸਾਈਡ ਤੇ ਥੋੜੀ ਇਹਦਾ ਉਹ ਸੀਗਾ ਪਰਛਾਵਾਂ ਜੇ ਉੱਥੇ ਵੀ ਖੜੇ ਹੋ ਕੇ ਬਣਾਇਆ ਹੁਣ ਤਾਂ ਉਹਦਾ ਚਲੋ ਧੁੱਪ ਹਟ ਗਈ ਆ ਬਾਕੀ ਮੈਨੂੰ ਪਤਾ ਵੀ ਜਿਨ੍ਹਾਂ ਨੂੰ ਸਾਡੇ ਰੈਗੂਲਰ ਆਪਣੇ ਬਲੌਗ ਦੇਖਣ ਦੀ ਆਦਤ ਪਈ ਹੋਈ ਆ ਹਨਾ ਹੁਣ ਤਾਂ ਉਹਨਾਂ ਦੇ ਵੀ ਛੁੱਟ ਗਈ ਲੱਗਦੀ ਮੈਨੂੰ ਤੇ ਜਦੋਂ ਅਸੀਂ ਪਹਿਲਾਂ ਬੰਦ ਕਿਤੇ ਬੜੇ ਮੈਸੇਜ ਹੋਣੇ ਤੁਸੀਂ ਕਿਉਂ ਨਹੀਂ ਪਾਉਂਦੇ ਕਿਉਂ ਹੁਣ ਵੀ ਆਉਂਦੇ ਨਹੀਂ ਨਹੀਂ ਆਉਂਦੇ ਹੁਣ ਥੋੜਾ ਜਿਹਾ ਘੱਟ ਗਏ ਇੰਨੇ ਘੱਟ ਬਿਜ਼ੀ ਹੋ ਗਏ ਨਾ ਆਪਣੀ ਆਪਣੀ ਲਾਈਫ 'ਚ ਬਾਕੀ ਕੋਈ ਨਹੀਂ ਰੈਗੂਲਰ ਬਲੌਗ ਸ਼ੋਅ ਜਿੱਦਾਂ ਇੰਸਟਾ ਤੇ ਸ਼ਾਰਟਸ ਵਗੈਰਾ ਪਾਈਦੇ ਉਹੀ ਆਪਣੀ ਉੱਥੇ ਵੀ ਐਡ ਹੈ YouTube ਤੇ ਕਈ ਜਾਣੇ ਕਈ ਉਹੀ ਬਾਕੀ ਜਿਹੜੇ ਸਾਡੇ ਟੱਚ ਦੇ ਵਿੱਚ ਜ਼ਿਆਦਾ ਰਹਿਣਾ ਚਾਹੁੰਦੇ ਆ ਤੁਸੀਂ Instagram ਤੇ ਫੋਲੋ ਕਰ ਸਕਦੇ ਹੋ ਠੀਕ ਹੈ ਸਟਾਈਲਿਸ਼ ਸਿੰਘ ਐਂਡ ਗੁਰਲੀਨ ਕੌਰ ਮੈਂਸ਼ਨ ਕਰ ਦਾਂਗੇ ਅਸੀਂ ਲਿੰਕ ਦੇ ਦਾਂਗੇ ਤੁਹਾਨੂੰ ਲਿੰਕ ਦੇ ਦਵਾਂਗੇ ਤਾਂ ਉੱਥੇ ਸਾਡਾ ਟੱਚ 'ਚ ਰਹਿ ਸਕਦੇ ਕਿਉਂਕਿ ਉੱਥੇ ਤਾਂ ਅਸੀਂ ਜਮਾ ਹੀ ਵਿਹਲੇ ਆ ਦਿਨ ਦੀਆਂ ਦੋ ਚਾਰ ਵੀਡੀਓਜ਼ ਪਾ ਦਈਦੀਆਂ ਆ ਠੀਕ ਹੈ ਬਲੌਗ ਫੇਰ ਵੀ ਦੋ ਚਾਰ ਦਿਨ ਲੱਗ ਜਾਂਦੇ ਆ ਪਰ ਉੱਥੇ ਨਹੀਂ ਅਸੀਂ ਇਦਾਂ ਦਾ ਸੁਸਤੀ ਨਹੀਂ ਉੱਥੇ ਦਿਖਾਈ ਦੀ ਭੁਲੇਖਾ ਫਿਰ ਉੱਥੇ ਰੈਗੂਲਰ ਹੋਵਾਂਗੇ ਚੰਗੀ ਤਰ੍ਹਾਂ ਇਹ ਜਿਨ੍ਹਾਂ ਨੂੰ ਅਸੀਂ ਇਸ਼ਾਰਾ ਦਿੱਤਾ ਸਮਝ ਗਏ ਹੋਣੇ ਆ ਉੱਥੇ ਰੈਗੂਲਰ ਹੋਵਾਂਗੇ ਫਿਰ ਚੰਗੀ ਤਰ੍ਹਾਂ ਚਲੋ ਫਿਰ ਮਿਲਦੇ ਆ ਤੁਹਾਨੂੰ ਅਗਲੇ
ਬਾਏ ਬਾਏ ਤਾਂ ਕਰ ਦੋ ਓਕੇ ਜੀ ਓਕੇ ਮਿਲਦੇ ਆ ਫਿਰ ਤੁਹਾਨੂੰ ਕਿਸੇ ਅਗਲੇ ਬਲੌਗ ਦੇ ਵਿੱਚ ਇੰਨਾ ਕਿ ਤੜਾਕੇਦਾਰ ਬਲੌਗ ਹਰ ਵਾਰੀ ਕਹਿੰਦੇ ਇੱਕ ਇਹਨਾਂ ਨੇ ਪਿਛਲੀ ਵਾਰੀ ਥੋੜਾ ਜਿਹਾ ਟਾਈਮ ਹੋ ਗਿਆ ਸੀ ਬਲੌਗ ਪਾਇਆ ਉਹਦੇ ਵਿੱਚ ਵੀ ਇਹਨਾਂ ਨੇ ਕਿਹਾ ਹੁਣ ਤਾਂ ਏਦਾਂ ਬਲੌਗ ਆਉਣਗੇ ਏਦਾਂ ਮੁੜ ਕੇ ਸਾਡੇ ਤੋਂ ਪਿਆ ਨਹੀਂ ਫਿਰ ਮੈਸੇਜ ਆਇਆ ਇੱਕ ਬਲੌਗ ਪਾਇਆ ਕਿੱਥੇ ਆ ਤੁਹਾਡੇ ਬਲੌਗ ਜਿਹੜੇ ਰੈਗੂਲਰ ਬਲੌਗ ਦੇਖਦੇ ਆ ਨਾ ਉਹਨਾਂ ਨੂੰ ਪਤਾ ਵੀ ਹੁਣ ਪਹਿਲਾਂ ਨਾਲੋਂ ਥੋੜੇ ਜਲਦੀ ਆ ਰਹੇ ਆ ਵਿੱਚ ਜੇ ਤਾਂ ਜਮਾਂ ਹੀ ਬੰਦ ਹੋ ਗਏ ਸੀ ਤੇ ਹੁਣ ਅਗਲਾ ਬਲੌਗ ਦੋਵਾਂ ਦਿਨਾਂ ਦੇ ਵਿੱਚ ਹੀ ਆ ਜਾਣਾ ਠੀਕ ਆ ਤੁਸੀਂ ਬਸ ਵੇਟ ਕਰਿਓ ਰੋਜ਼ ਚੈਨਲ ਚੈੱਕ ਕਰਦੇ ਰਹਿਓ ਬਲੌਗ ਨਹੀਂ ਤਾਂ ਸ਼ਾਰਟਸ ਤਾਂ ਪਾਈਆਂ ਹੀ ਹੁੰਦੀਆਂ ਹਾਂ ਹਾਂਜੀ ਸ਼ਾਰਟਸ ਪਾ ਦਿਓ ਫਿਰ ਉਹ ਅਸੀਂ ਆਉਂਦੇ ਜਾਂਦੇ ਇੱਦੇ ਬਿੱਟ ਬਿੱਟ ਵੀ ਬਣਾ ਲਈਦੇ ਬਲੌਗ ਫਿਰ ਅਸੀਂ ਕਹਿੰਦੇ ਨੇ ਐਵੇਂ ਕੀ ਬਣਾ ਦੇਣਾ ਥੋੜਾ ਜਿਹਾ ਟੌਪਿਕ ਵੀ ਹੋਣਾ ਚਾਹੀਦਾ ਬੰਦੇ ਤੋਂ ਜਿੱਦਾਂ ਹੁਣ ਬਾਕੀ ਬਲੌਗਰ ਤੁਹਾਨੂੰ ਪਤਾ ਵੀ ਆਹ ਦੇਖ ਲਓ ਅਸੀਂ ਗੰਡੇ ਚੀਰ ਰਹੇ ਹਾਂ ਆਹ ਦੇਖ ਲਓ ਅਸੀਂ ਪਾਣੀ ਪੀ ਰਹੇ ਹਾਂ ਉਹ ਕੰਮ ਨਹੀਂ ਅਸੀਂ ਕਰਦੇ ਸਾਨੂੰ ਹੁੰਦਾ ਵੀ ਜੇ ਅਸੀਂ ਬਣਾਉਣ ਲੱਗੇ ਹਾਂ ਨਾ ਤੇ ਕੁਝ ਵਧੀਆ ਤੁਹਾਨੂੰ ਪ੍ਰੋਵਾਈਡ ਕਰੀਏ ਉਹ ਚੱਕਰ ਹੁੰਦਾ ਸਾਡਾ ਤਾਂ ਕਰਕੇ 3-4 ਦਿਨ ਥੋੜਾ ਟਾਈਮ ਲੱਗ ਜਾਂਦਾ ਪਰ ਬਣਾਉਣ ਡੇਲੀ ਵੀ ਬਣਾ ਸਕਦੇ ਪਰ ਕੀ ਬਣਾਈ ਜਾਈਏ ਘਰੇ ਕਿੰਨਾ ਕੁ ਆਪਾਂ ਬਣਾ ਲਾਂਗੇ ਮੈਨੂੰ ਬਹੁਤ ਪਿਆਸ ਲੱਗੀ ਮੇਰਾ ਮੂੰਹ ਸੁੱਕ ਗਿਆ ਹਾਂਜੀ ਗਾਈਸ ਚਲੋ ਬਾਏ ਗਾਈਸ ਹਾਂਜੀ ਬਾਏ ਗਾਈਸ ਐਂਡ ਬੀ ਕੇਅਰਫੁਲ ਗਾਈਸ ਠੀਕ ਆ ਪਾਣੀ ਪੂਣੀ ਪੀਂਦੇ ਰਹੋ ਆਪਣਾ ਬਚਾਵ ਆਪਣੇ ਹੱਥ 'ਚ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਠੀਕ ਆ ਹਾਂਜੀ ਅਤੇ ਜਿਨ੍ਹਾਂ ਨੂੰ ਮੇਰੀ ਇਹ ਗੱਲ ਨਹੀਂ ਪਸੰਦ ਆਈ ਤਾਂ ਵੀ ਕੋਈ ਨਹੀਂ ਓਕੇ ਬਾਏ ਬਾਏ ਬਾਏ।